ਸੰਗਤ ਜੀ, ਬਚਪਨ ਦੇ ਵਿੱਚ ਬਾਲ ਚੋਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਸਾਧ ਸੰਗਤ ਪਟਨਾ ਸਾਹਿਬ ਦੀ ਧਰਤੀ ਨੂੰ ਲੱਗਿਆ ਭਾਗ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਹੋਇਆ, ਬੜੀਆਂ ਰੌਣਕਾਂ ਲੱਗੀਆਂ, ਬੜਾ ਚਾਅ ਚੜ੍ਹਿਆ। ਮਾਂ ਗੁਜਰੀ ਦੇ ਘਰ ਵਿੱਚ ਅੱਜ ਰੌਣਕਾਂ ਹੋਈਆਂ, ਲੋਕ ਆਉਂਦੇ ਨੇ ਵਧਾਈਆਂ ਦੇਣ ਵਾਸਤੇ। ਕਹਿੰਦੇ ਬੱਚੇ ਤਾਂ ਬੜੇ ਵੇਖੇ ਨੇ, ਜਿਹੜਾ ਮਾਂ ਗੁਜਰੀ ਦੇ ਘਰ ਵਿੱਚ ਪੁੱਤਰ ਹੋਇਆ, ਇਹੋ ਜਿਹਾ ਲਾਲ ਨਹੀਂ ਕਿਸੇ ਦਾ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ, ਮਾਂ ਗੁਜਰੀ ਦੇ ਚੰਨ ਵਰਗਾ ਪਰ ਹੋ ਤੇ ਨਹੀਂ ਕੋਈ ਸਕਦਾ, ਹੋ ਤੇ ਨਹੀਂ ਕੋਈ ਸਕਦਾ। ਪਰ ਅੱਜ ਉਹ ਸ੍ਰੀ ਅਕਾਲ, ਪਰ ਅੱਜ ਕਈ ਬਣ ਗਏ, ਕਈ ਕਲਗੀਆਂ ਵੀ ਲਾਉਂਦੇ ਨੇ, ਕਹਿੰਦੇ ਬਾਜਾਂ ਵਾਲੇ ਦੀ ਬਰਾਬਰੀ ਕਰਦੇ ਆ, ਕਈ ਨੀਲ ਘੋੜਾ ਵੀ ਮਿਲ ਜੂ, ਉਹ ਕਲਗੀ ਵੀ ਮਿਲ ਜੂ। ਕਿੱਥੋਂ ਲੱਭੋਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਕਮਾਈ? ਕਿੱਥੋਂ ਲੱਭੋਗੇ ਉਹਨਾਂ ਵਰਗਾ ਤਿਆਗ? ਕਿੱਥੋਂ ਲੱਭੋਗੇ ਉਹਨਾਂ ਵਰਗਾ ਵੈਰਾਗ? ਉਹ ਕਹਿਣਾ ਹੀ ਪਵੇਗਾ, ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ। ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰ ਗੋਬਿੰਦ ਅਖਵਾਇਆ, ਦਿੱਲੀ ਦੇ ਵੱਲ ਪਿਤਾ ਤੋਰ ਕੇ ਡੁੱਬਦਾ ਧਰਮ ਵਿਛਾਇਆ।
ਦੇਕੇ ਪਹੁਲ ਖੰਡੇ ਧਾਰਦੀ ਖਾਲਸਾ ਪੰਥ ਸਜਾਇਆ, ਉਹ ਦੇਕੇ ਪਹੁਲ ਖੰਡੇ ਧਾਰਦੀ ਗਿੱਦੜਾਂ ਤੋਂ ਸ਼ੇਰ ਬਣਾਇਆ ਬਣਾਇਆ, ਚਾਰ ਪੁੱਤਰ ਗੁਰਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ, ਉਹ ਤਾਂਹੀਓ ਕਲਗੀਆਂ ਵਾਲਿਆ ਤੈਨੂੰ ਸਭ ਨੇ ਸੀਸ ਨਿਵਾਇਆ ਨਿਵਾਇਆ। ਐਸੀ ਕੁਰਬਾਨੀ ਸਤਿਗੁਰਾਂ ਦੀ, ਬੜੀਆਂ ਰੌਣਕਾਂ ਲੱਗੀਆਂ। ਕਹਿੰਦੇ ਬੱਚੇ ਤੇ ਬੜੇ ਜਨਮ ਲੈਂਦੇ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਚਿਹਰਾ ਨਹੀਂ ਕਿਸੇ। ਗੋਬਿੰਦ ਰਾਏ ਜੀ ਬਾਲ ਚੋਜ ਕਰਦੇ ਸੀ, ਜੋ ਮੈਂ ਵਿਚਾਰ ਬੇਨਤੀ ਕਰ ਰਿਹਾ, ਸਤਿਗੁਰਾਂ ਨੂੰ ਸਭ ਕੁਝ ਪਹਿਲਾਂ ਆਉਣ ਵਾਲੇ ਸਮੇਂ ਦਾ ਪਤਾ ਸੀ, ਸਭ ਪਤਾ ਸੀ, ਪਰ ਕੀ ਲੋੜ ਸੀ ਆਨੰਦਪੁਰ ਛੱਡਣ ਦੀ, ਕੀ ਲੋੜ ਸੀ ਪਰਿਵਾਰ ਵਾਰਨ ਦੀ, ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਸਤਿਗੁਰਾਂ ਨੇ ਇਹ ਖੇਡ ਵਰਤਾਈ ਸੀ। ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੌਵੇ, ਮੇਰਾ ਭਾਵੇਂ ਕੱਖ ਨਾ ਰਹੇ, ਕੱਖ ਨਾ ਰਹੇ, ਉਹ ਮੇਰਾ ਕੁਝ ਰਵੇ ਨਾਲ ਕੋਈ ਗੱਲ ਨਹੀਂ। ਸਾਧ ਸੰਗਤ ਜੀ, ਗੋਬਿੰਦ ਰਾਏ ਜੀ ਬਾਲ ਚੋਜ ਕਰਦੇ ਕਰਦੇ, ਉਹ ਸਾਧ ਸੰਗਤ ਕਿਧਰੇ ਜਿਹੋ ਜਿਹਾ ਬੱਚੇ ਨੇ ਵੱਡਾ ਹੋ ਕੇ ਬਣਨਾ ਹੋਵੇ ਨਾ, ਉਹਦੇ ਬਚਪਨ ਤੋਂ ਉਹੋ ਜਿਹੇ ਸੁਭਾਅ ਬਣਿਆ ਹੋਇਆ ਹੁੰਦਾ। ਜਿਵੇਂ ਕਿਸੇ ਨੇ ਕੋਈ ਡਾਕੂ ਬਣਨਾ, ਉਹਦੇ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਵੱਡਾ ਹੋ ਕੇ ਚੋਰ ਹੀ ਹੋਣਾ। ਜਿਹੜਾ ਸਾਧ ਸੰਗਤ ਜੀ ਜਿਹੋ ਜਿਹੇ ਬੱਚੇ ਦੇ ਬਚਪਨ ਤੋਂ ਖਿਆਲ ਹੋਣ, ਬਾਕੀ ਖਿਆਲ ਵੀ ਜਿਹੜੇ ਨੇ ਮਾਤਾ ਪਿਤਾ 'ਤੇ ਡਿਪੈਂਡ ਕਰਦੇ ਨੇ, ਜਿਹੋ ਜਿਹੇ ਮਾਤਾ ਪਿਤਾ ਸਿੱਖਿਆ ਦਿੰਦੇ ਉੱਧਰ ਨੂੰ ਬੱਚਾ ਜ਼ਰੂਰ ਪੈਂਦਾ। ਮਾਤਾ ਪਿਤਾ ਅੰਮ੍ਰਿਤਧਾਰੀ ਹੋਣ, ਬਾਣੀ ਬਾਣੇ ਨਾਲ ਜੁੜੇ ਹੋਣ, ਨਿਤਨੇਮ ਘਰ ਵਿੱਚ ਹੁੰਦਾ ਹੋਵੇ, ਗੁਰਮਤਿ ਦੀ ਸਿੱਖਿਆ ਮਿਲਦੀ ਹੈ ਬੱਚਿਆਂ ਨੂੰ। ਪਰ ਜਿਹੜੇ ਹੁਣ ਆਪ ਹੀ ਠੇਕੇ ਦੇ ਆਦੀ ਬਣ ਚੁੱਕੇ ਨੇ, ਬੱਚਿਆਂ ਨੂੰ ਕੀ ਕਹਿਣਗੇ, ਸ਼ਰਾਬ ਮਾੜੀ ਹੈ? ਕਹਿੰਦੇ ਵੀ ਨੇ, ਮੈਂ ਸ਼ਰਾਬੀ ਪਿਤਾ ਵੀ ਸੁਣੇ ਨੇ, ਕਹਿਣਗੇ ਬੱਚਿਓ ਮੈਂ ਤੇ ਹਾਂ ਜਿਹਾ ਜਿਹਾ ਤੁਸੀਂ ਨਾ ਪੀਓ, ਵੀ ਜਿਹੜਾ ਤੂੰ ਪੀਂਦਾ ਫਿਰਦਾ ਜੇ ਛੱਡੇਗਾ ਤਾਂ ਹੀ ਬੱਚਿਆਂ 'ਤੇ ਅਸਰ ਹੋਏਗਾ, ਨਹੀਂ ਤੇ ਨਹੀਂ। ਤੇ ਅਵਰ ਉਪਦੇਸ਼ ਆਪਣਾ ਕਰੇ ਆਪਦ ਜਾਵਤ ਜਨਮੈ ਮਰ, ਉਹ ਕਹਿ ਰਿਹਾ ਹੋਰਾਂ ਨੂੰ, ਆਪ ਕਮਾਉਂਦਾ ਨਹੀਂ, ਉਹ ਕਿਵੇਂ ਅਸਰ ਹੋ ਜੂ? ਅਸਰ ਵੀ ਉਹਨਾਂ ਨੂੰ ਹੁੰਦਾ ਜਿਹੜੇ ਆਪ ਕਮਾਉਂਦੇ ਨੇ। ਸੋ ਸਾਧ ਸੰਗਤ ਜੀ, ਅੱਜ ਤੁਹਾਨੂੰ ਗੋਬਿੰਦ ਰਾਏ ਜੀ ਬਚਪਨ ਦੀਆਂ ਖੇਡਾਂ ਇਹੋ ਜਿਹੀਆਂ ਸੀ, ਗਲੇਲਾ ਹੱਥ ਵਿੱਚ ਫੜਨਾ, ਬੀਬੀਆਂ ਨੇ ਆਉਣਾ ਪਾਣੀ ਭਰਨ ਵਾਸਤੇ, ਉਹ ਖੂਹ ਤੋਂ ਆਉਣਾ ਪਾਣੀ ਭਰਨ ਵਾਸਤੇ ਮਾਰਨਾ ਗਲੇਲਾ, ਘੜਾ ਭੰਨ ਦੇਣਾ, ਨਿਸ਼ਾਨਾ ਐਸਾ ਲਾਉਣਾ, ਉਹ ਜਦੋਂ ਘੜੇ ਭੰਨਣੇ ਨਾ, ਤੇ ਬੀਬੀਆਂ ਨੇ ਕਈ ਵਾਰੀ ਉਹ ਆ ਕੇ ਸ਼ਿਕਾਇਤ ਵੀ ਕਰ ਦੇਣੀ ਮਾਤਾ ਜੀ ਦੇ ਕੋਲ, ਮਾਤਾ ਜੀ ਤੁਹਾਡਾ ਲਾਲ ਸਾਡੇ ਘੜੇ ਭੰਨਦਾ। ਮਾਤਾ ਜੀ ਨੇ ਕਹਿਣਾ ਕੋਈ ਨਹੀਂ, ਘੜੇ ਭੰਨਦਾ, ਨਵੇਂ ਲੈ ਜਾ, ਨਵੇਂ ਘੜੇ ਦੇ ਦੇਣੇ, ਪਰ ਮੇਰਾ ਲਾਲ ਮੈਂ ਆਪਣੇ ਪੁੱਤਰ ਨੂੰ ਕੁਝ ਨਹੀਂ ਕਹਿਣਾ, ਤੁਸੀਂ ਘੜੇ ਹੀ ਨਵੇਂ ਲੈ ਜਾਓ। ਆਪਣੇ ਪੁੱਤਰ ਨੂੰ ਕਦੇ ਕੁਝ ਨਹੀਂ ਆਖਿਆ, ਫਿਰ ਉਹ ਨਵੇਂ ਘੜੇ ਲਿਜਾਣੇ, ਅਗਲੇ ਦਿਨ ਉਹ ਭੰਨਦੇ ਨੇ, ਉਹਨਾਂ ਨੇ ਫਿਰ ਆ ਜਾਣਾ, ਨਵੇਂ ਘੜੇ ਹੋਰ ਦੇ ਦੇਣੇ। ਪਰ ਸ਼ਿਕਾਇਤ ਵੀ ਰੋਜ਼ ਦੀ ਇਹੀ ਆ ਕੇ, ਮਾਰ ਕੇ ਗਲੇਲੇ ਘੜੇ ਭੰਨਦਾ, ਮਾਤਾ ਜੀ ਤੇਰਾ ਲਾਲ ਲਾਲ ਮਾਰ ਕੇ ਗਲੇਲੇ ਘੜੇ ਭੰਨਦਾ।
ਸੋਹਣੇ ਲਾਲ ਨੂੰ ਸਮਝਾਓ ਗਲੇਲੇ ਮਾਰ ਮਾਰ ਕੇ ਸਾਡੇ ਘੜੇ ਬੰਨ ਲਏ। ਤੇ ਗੋਬਿੰਦ ਰਾਏ ਜੀ ਦੇ ਚੋਜ ਐਸੇ ਸੀ, ਸਤਿਗੁਰਾਂ ਨੇ ਵੱਡੇ ਹੋ ਕੇ ਤਾਰਿਆ ਬਚਪਨ ਦੇ ਵਿੱਚ ਸਾਧ ਸੰਗਤ, ਬਾਲਪਨ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਲਾ ਕੀਤਾ ਸੀ ਨਾ ਉਹ ਸਾਧ ਸੰਗਤ। ਰਾਣੀ ਫਤਿਹ ਚੰਦ ਮੈਣੀ, ਫਤਿਹ ਚੰਦ ਰਾਜਾ ਉਹਦੇ ਘਰ ਵਾਲੀ ਬੀਬੀ ਬੜਾ ਪ੍ਰੇਮ ਕਰਦੀ ਸੀ ਸਤਿਗੁਰਾਂ ਨਾਲ। ਪਹਿਲਾਂ ਨਹੀਂ, ਉਹ ਕੀ ਇੱਛਾ ਰੱਖਦੀ ਸੀ, ਅਰਦਾਸਾਂ ਕਰਿਆ ਕਰੇ, ਬੇਨਤੀਆਂ ਕਰਿਆ ਕਰੇ, ਆਖਿਆ ਕਰੇ ਸੱਚੇ ਪਾਤਸ਼ਾਹ ਕਿਰਪਾ ਕਰੋ ਭਗਵਾਨ ਜੀ, ਐ ਰਾਮ ਜੀ, ਅੱਲਾ ਖੁਦਾ ਜੋ ਵੀ ਕਹਿ ਲਓ, ਅਰਦਾਸ ਉਹਦੀ ਇੱਕੋ ਹੀ ਹੁੰਦੀ ਸੀ, ਮੇਰੇ ਘਰ ਵੀ ਇਹੋ ਜਿਹਾ ਪੁੱਤਰ ਹੋ। ਕਿਹੋ ਜਿਹਾ? ਜਿਹੋ ਜਿਹਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਹੋਇਆ, ਇਹੋ ਜਿਹਾ ਜਿਹੜਾ ਮਾਂ ਗੁਜਰੀ ਦੇ ਘਰ ਹੋਇਆ, ਇਹੋ ਜਿਹਾ ਜਿਹਦੀ ਦਾਦੀ ਬੇਬੇ ਨਾਨਕੀ ਬਣੀ, ਇਹੋ ਜਿਹਾ ਮੇਰਾ ਘਰ ਘਰ ਵਿੱਚ ਵੀ ਕਦੀ ਪੁੱਤਰ ਹੋ ਗਿਆ। ਹੁਣ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਤੇ ਨਾ ਕੋਈ ਆ ਸਕਦਾ ਨਾ ਕੋਈ ਆਇਆ। ਹੁਣ ਉਹ ਬੀਬੀ ਦੀ ਇੱਛਾ ਵੀ ਇਹੋ ਜਿਹਾ ਹੋਵੇ, ਤੇ ਮਹਾਰਾਜ ਨੇ ਸੋਚਿਆ ਇਹੋ ਜਿਹਾ ਹੋਰ ਤੇ ਕੋਈ ਆਉਣਾ ਹੀ ਨਹੀਂ, ਫਿਰ ਕਰੀਏ ਕੀ। ਫਿਰ ਬਚਪਨ ਵਿੱਚ ਹੀ ਗਏ ਸੀ ਰਾਣੀ ਦੀ ਗੋਦ 'ਚ ਬਹਿ ਕੇ ਜਾ ਕੇ, ਰਾਣੀ ਫਤਿਹ ਚੰਦ ਮੈਣੀ ਮਾਰ ਕੇ ਚੌਂਕ ਦਾ ਬੈਠੀ, ਨੇਤਰ ਕੀਤੇ ਬੰਦ, ਕੀ ਧਿਆਨ ਧਰਿਆ ਇਹ ਸੱਚੇ ਪਾਤਸ਼ਾਹ, ਉਹ ਜਿਹੋ ਜਿਹਾ ਗੋਬਿੰਦ ਰਾਏ ਉਹੋ ਜਿਹਾ ਕਿਤੇ ਮੇਰਾ ਪੁੱਤਰ ਵੀ ਹੋਵੇ, ਮੇਰੇ ਘਰ ਵੀ ਲਾਲ ਹੋਵੇ, ਇੱਛਾ ਜਾਗੀ। ਅਤੇ ਮਹਾਰਾਜ ਜੀ ਬੱਚਿਆਂ ਨਾਲ ਖੇਡਦੇ ਖੇਡਦੇ ਉਹਦੇ ਮਹਿਲਾਂ 'ਚ ਚਲੇ ਗਏ, ਗੋਦ 'ਚ ਜਾ ਕੇ ਬਹਿ ਗਏ। ਗੋਦ 'ਚ ਜਾ ਕੇ ਬਹਿ ਕੇ ਜਦੋਂ ਆਖਿਆ ਨਾ ਮਾਂ, ਮਾਂ ਸ਼ਬਦ, ਅਤੇ ਰਾਣੀ ਦੀਆਂ ਅੱਖਾਂ 'ਚ ਪਾਣੀ ਵਗਣ ਲੱਗ ਪਿਆ। ਇੰਨੀ ਮਿੱਠੀ ਆਵਾਜ਼, ਮੈਨੂੰ ਮਾਂ ਕਹਿਣ ਵਾਲਾ ਹੈ ਕੌਣ? ਜਦੋਂ ਵੇਖਿਆ ਗੋਬਿੰਦ ਰਾਏ ਜੀ ਬੈਠੇ ਨੇ ਗੋਦ ਵਿੱਚ, ਉਹ ਗੋਬਿੰਦ ਰਾਏ, ਬੜਾ ਪਿਆਰ ਕੀਤਾ, ਲਾਡ ਕੀਤਾ। ਅੱਛਾ ਮਾਂ ਮੈਨੂੰ ਇਹ ਦੱਸ, ਤੂੰ ਅਰਦਾਸ ਕੀ ਕਰਦੀ ਸੀ? ਕਹਿੰਦੇ ਮੈਂ ਇਹ ਕਹਿ ਰਹੀ ਸੀ ਵੀ ਮੇਰਾ ਵੀ ਤੇਰੇ ਵਰਗਾ ਪੁੱਤਰ ਚਾਹੀਦਾ, ਗੋਬਿੰਦ ਰਾਏ ਵਰਗਾ ਮੇਰੇ ਘਰ ਵਿੱਚ ਵੀ ਪੁੱਤਰ ਹੋ ਜਾਵੇ। ਮਾਤਾ, ਮੇਰੇ ਵਰਗਾ ਤਾਂ ਫਿਰ ਮੈਂ ਹੀ ਹਾਂ, ਜੇ ਤੈਨੂੰ ਮੇਰੇ ਵਰਗਾ ਪੁੱਤਰ ਚਾਹੀਦਾ ਨਾ। ਉਹ ਮਾਤਾ, ਜੇ ਤੈਨੂੰ ਮੇਰੇ ਵਰਗਾ ਪੁੱਤਰ ਚਾਹੀਦਾ, ਮੇਰੇ ਵਰਗਾ ਤੇ ਕੋਈ ਹੋਰ ਆਉਣਾ ਨਹੀਂ, ਤੂੰ ਮੈਨੂੰ ਹੀ ਆਪਣਾ ਪੁੱਤਰ ਬਣਾ ਲੈ, ਮੈਨੂੰ ਹੀ ਆਪਣਾ ਪੁੱਤਰ ਬਣਾ ਲੈ। ਕਹਿੰਦੇ ਮੇਰਾ ਪੁੱਤਰ, ਤੂੰ ਮੇਰਾ ਪੁੱਤਰ ਬਣ ਜਾਵੇਂਗਾ? ਮਾਤਾ ਜੀ, ਹਰ ਇੱਕ ਦੀ ਇੱਕ ਮਾਂ ਹੁੰਦੀ, ਪਰ ਅੱਜ ਤੋਂ ਮੈਂ ਆਪਣੀਆਂ ਦੋ ਮਾਵਾਂ ਹੁੰਦੀਆਂ, ਦੋ ਮਾਵਾਂ ਨੇ ਮੇਰੀ ਮਾਂ ਬਣਾਇਆ ਸੀ ਨਾ ਰਾਣੀ ਨੂੰ, ਤੇ ਐਸਾ ਪਿਆਰ ਪ੍ਰੇਮ ਸਤਿਗੁਰਾਂ ਨੇ ਦਿੱਤਾ। ਅੱਛਾ ਮਹਾਰਾਜ ਕਹਿਣ ਲੱਗੇ, ਹੁਣ ਕੋਈ ਸ਼ਕਲ ਨੂੰ ਨਹੀਂ ਦੇਣਾ? ਕੀ ਦਿੱਤਾ ਸੀ? ਘੁੰਗਣੀਆਂ ਪਈਆਂ ਸੀ, ਘੁੰਗਣੀਆਂ, ਘੁੰਗਣੀਆਂ ਕਹਿ ਲਓ, ਬੱਕਲੀਆਂ ਕਹਿ ਲਓ, ਦੋ ਇੱਕੋ ਹੀ ਨਾਮ ਹੈ ਦੋਨਾਂ ਦਾ, ਘੁੰਗਣੀਆਂ ਤੇ ਬੱਕਲੀਆਂ, ਤੇ ਉਹ ਲਿਆ ਕੇ ਦਿੱਤੀਆਂ ਸਤਿਗੁਰਾਂ ਨੂੰ। ਸਤਿਗੁਰਾਂ ਨੇ ਜਦੋਂ ਉਹ ਬੱਕਲੀਆਂ ਘੁੰਗਣੀਆਂ ਖਾਧੀਆਂ ਨਾ, ਬੜੇ ਪਿਆਰ ਵਿੱਚ ਆਪਣੇ ਸਾਥੀਆਂ ਨੂੰ ਛਕਾਈਆਂ, ਤੇ ਕਹਿਣ ਲੱਗੇ ਮਾਤਾ ਜੀ, ਬੱਕਲੀਆਂ ਤਿਆਰ ਕਰਿਆ ਕਰੋ, ਘੁੰਗਣੀਆਂ ਤਿਆਰ ਕਰਿਆ ਕਰੋ, ਮੈਂ ਆਇਆ ਕਰਾਂਗਾ, ਰੋਜ਼ ਛਕਿਆ ਕਰਾਂਗਾ। ਫਿਰ ਗੋਬਿੰਦ ਰਾਏ ਜੀ ਬਚਪਨ ਦੇ ਵਿੱਚ ਉਹ ਰਾਣੀ ਫਤਿਹ ਚੰਦ ਮੈਣੀ ਦੀ ਲਾਲਸਾ ਪੂਰੀ ਕਰਨ ਵਾਸਤੇ ਜਾਂਦੇ ਸੀ, ਬਚਪਨ ਤੋਂ ਹੀ ਤਾਰਿਆ ਉਹਨਾਂ ਨੇ, ਕੋਈ ਵੱਡੇ ਹੋ ਕੇ ਉਹਨਾਂ ਨੇ ਬਚਪਨ ਵਿੱਚ ਹੀ ਉਹ ਰਾਣੀ ਦੀ ਇੱਛਾ ਖਤਮ ਕੀਤੀ। ਸਾਧ ਸੰਗਤ ਬੜਾ ਪਿਆਰ ਰਾਣੀ ਕਰਿਆ ਕਰੇ, ਪਰ ਇੱਕ ਦਿਨ ਉਹ ਵੀ ਆ ਗਿਆ ਸੀ, ਉਸੇ ਸਮੇਂ ਦੌਰਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ
ਛੋਟੀ ਜੀ ਉਮਰ ਹੈ, ਹੱਥ ਵਿੱਚ ਦੋ ਕੰਗਣ ਪਾਏ ਹੋਏ ਨੇ, ਬੜੇ ਸੋਹਣੇ ਬੇਕੀਮਤੇ ਕੰਗਣ, ਇੱਕ ਉੱਧਰ ਉਹ ਸੱਥ ਇੱਕ ਉਹ ਸੱਥ, ਤੇ ਕੰਗਣ ਹੱਥ ਵਿੱਚ ਪਾਏ ਨੇ। ਇੱਕ ਦਿਨ ਉਹ ਕੰਗਣ ਸਾਧ ਸੰਗਤ ਜੀ ਗੰਗਾ ਦੇ ਵਿੱਚ ਸੁੱਟ ਦਿੱਤਾ, ਇੱਕ ਕੰਗਣ ਡਿੱਗ ਪਿਆ। ਘਰ ਆਏ, ਮਾਤਾ ਜੀ ਕਹਿਣ ਲੱਗੇ ਲਾਲ ਜੀ ਕੰਗਣ ਕਿੱਥੇ ਹੈ? ਕਹਿੰਦੇ ਡਿੱਗ ਗਿਆ। ਕਿੱਥੇ ਡਿੱਗਿਆ? ਕਹਿੰਦੇ ਉਹਦੇ ਵਿੱਚ ਪਾਣੀ 'ਚ ਡਿੱਗ ਪਿਆ। ਕਹਿੰਦੇ ਚੱਲ ਖਾਂ ਮੈਂ ਤੇਰੇ ਨਾਲ ਚੱਲਦੀ ਹਾਂ, ਗੋਤੇ ਖੋਰ ਵਾੜ ਕੇ ਉਹ ਕੰਗਣ ਕੱਢ ਲੈਂਦੇ ਆਪਾਂ। ਆਪ ਗਏ ਮਾਤਾ ਜੀ ਨਾਲ। ਅੱਛਾ ਲਾਲ ਜੀ ਕੰਗਣ ਕਿੱਥੇ ਕੁ ਸੁੱਟਿਆ ਸੀ? ਗੋਬਿੰਦ ਰਾਏ ਜੀ ਨੇ ਫਿਰ ਪਤਾ ਕਿਆ ਖੇਡ ਵਰਤਾਈ, ਬਚਪਨ ਸੀ ਅਜੇ, ਸਾਧ ਸੰਗਤ ਆਪਣਾ ਦੂਜਾ ਕੰਗਣ ਜਿਹੜਾ ਦੂਜੇ ਕੰਗਣ ਹੱਥ 'ਚ ਪਾਇਆ ਸੀ ਨਾ, ਇੱਕ ਤੇ ਪਹਿਲਾਂ ਹੀ ਡਿੱਗ ਪਿਆ ਪਾਣੀ 'ਚ ਤੇ ਦੂਜਾ ਕੰਗਣ ਕੱਢਿਆ। ਮਾਤਾ ਜੀ ਕਹਿੰਦੇ ਕਿੱਥੇ ਕੁ ਸੁੱਟਿਆ, ਕਿੱਥੇ ਕੁ ਡਿੱਗਿਆ? ਵਗਾ ਕੇ ਮਾਰਿਆ, ਕਹਿੰਦੇ ਉਹ ਉੱਥੇ ਡਿੱਗਿਆ, ਦੂਜਾ ਵੀ ਸੁੱਟ ਦਿੱਤਾ। ਗੋਬਿੰਦ ਰਾਏ ਜੀ ਵਰਗਾ ਤਿਆਗੀ ਕਿੱਥੋਂ ਲੱਭੂ? ਜਦੋਂ ਦੂਜਾ ਕੰਗਣ ਵੀ ਸੁੱਟ ਦਿੱਤਾ, ਉਸ ਸਮੇਂ ਆਖਿਆ ਲਾਲ ਜੀ ਐਡੇ ਮਹਿੰਗੇ ਕੰਗਣ ਸੀ, ਇੰਜ ਵਗਾ ਵਗਾ ਕੇ ਸੁੱਟਦੇ ਹੋ, ਤੁਹਾਨੂੰ ਇਹਨਾਂ ਦਾ ਮੋਹ ਨਹੀਂ ਹੁੰਦਾ? ਮਾਇਆ ਦਾ ਉਹਨਾਂ ਵਰਗਾ ਤਿਆਗੀ ਕਿੱਥੋਂ ਲੱਭਾਂਗੇ ਆਪਾਂ ਦੁਨੀਆ 'ਚ? ਅਤੇ ਗੋਬਿੰਦ ਰਾਏ ਜੀ ਮਹਾਰਾਜ ਨੇ ਕੀ ਆਖਿਆ ਸੀ? ਕਹਿਣ ਲੱਗੇ ਮਾਤਾ ਜੀ ਆਹ ਦੋ ਕੰਗਣਾਂ ਦੀ ਕੀ ਗੱਲ ਕਰਦੇ ਹੋ? ਉਹ ਇਹਨਾਂ ਦੋ ਕੰਗਣਾਂ ਦੀ ਕਿਆ ਗੱਲ ਕਰਦੇ ਹੋ? ਲੱਖਾਂ ਲਾਲਾਂ ਤੋਂ ਵੱਧ ਕੀਮਤੀ ਮੇਰੇ ਪਿਆਰੇ ਪੁੱਤਰ ਵੀ ਇੱਕ ਦਿਨ ਇਹਨਾਂ ਦਰਿਆਵਾਂ ਦੇ ਵਿੱਚ ਹੀ ਰੁੜ ਜਾਣਗੇ। ਅਤੇ ਫਿਰ ਸੁਨੇਹਾ ਆ ਗਿਆ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਵੀ ਪਟਨਾ ਸਾਹਿਬ ਛੱਡ ਕੇ ਆਨੰਦਪੁਰ ਸਾਹਿਬ ਆ ਜਾਓ। ਗੁਰੂ ਗੋਬਿੰਦ ਸਿੰਘ ਨੂੰ ਆਇਆ ਨਾ ਸੁਨੇਹਾ ਜਦੋਂ, ਅਤੇ ਗੋਬਿੰਦ ਰਾਏ ਮਹਾਰਾਜ ਦੀ ਤਿਆਰੀਆਂ ਹੋ ਗਈਆਂ, ਮਾਤਾਵਾਂ ਨਾਲ ਨੇ, ਮਾਤਾ ਗੁਜਰ ਕੌਰ ਜੀ, ਹੋਰ ਵੀ ਸਾਰੀਆਂ ਸੰਗਤਾਂ, ਰਿਸ਼ਤੇਦਾਰ, ਸਾਕ ਸੰਬੰਧੀ ਸਭ ਤੁਰ ਪਈਆਂ ਸੰਗਤਾਂ, ਚਲੋ ਆਨੰਦਪੁਰ ਸਾਹਿਬ ਜਾਣਾ। ਅਤੇ ਸਾਰੀਆਂ ਸੰਗਤਾਂ ਪਟਨੇ ਦੀਆਂ ਇਕੱਠੀਆਂ ਹੋ ਗਈਆਂ ਵੀ ਗੋਬਿੰਦ ਰਾਏ ਜੀ ਚੱਲੇ ਨੇ। ਬੜਾ ਇਕੱਠ ਹੋ ਗਿਆ, ਬੜੇ ਲੋਕ ਆ ਗਏ, ਸਾਰਿਆਂ ਦੀਆਂ ਅੱਖਾਂ 'ਚੋਂ ਪਾਣੀ ਹੈ। ਉਹ ਕੋਈ ਵੀ ਬਾਜਾਂ ਵਾਲੇ ਸਤਿਗੁਰੂ ਜਦੋਂ ਲੱਗਦੇ ਨੇ ਤੁਰਨ, ਤਾਂ ਸਾਰੇ ਰੋਣ ਲੱਗ ਪਏ, ਕਹਿੰਦੇ ਮਹਾਰਾਜ ਪਟਨੇ ਦੀਆਂ ਰੌਣਕਾਂ ਦੇ ਤੁਸੀਂ ਨਾਲ ਹੀ ਲੈ ਚੱਲੇ, ਮਹਾਰਾਜ ਤੁਹਾਡੇ ਤੋਂ ਬਿਨਾਂ ਪਟਨਾ ਵਸੇਗਾ ਤੇ ਸਹੀ ਪਰ ਸਾਨੂੰ ਤੇ ਉਜਾੜ ਹੀ ਦੇ, ਤੁਹਾਡੇ ਤੋਂ ਬਿਨਾਂ ਲੋਕ ਵਸਦੇ ਤੇ ਹੋਣਗੇ ਪਰ ਮਹਾਰਾਜ ਸਾਨੂੰ ਤੇ ਪਟਨਾ ਚੰਗਾ ਨਹੀਂ ਲੱਗਣਾ। ਤੇ ਮਹਾਰਾਜ ਕਹਿੰਦੇ ਹੁਣ ਭਾਈ ਜਾਣਾ ਪੈਣਾ, ਹੁਕਮ ਹੈ। ਤੇ ਫਿਰ ਆਈ ਰਾਣੀ ਫਤਿਹ ਚੰਦ ਮੈਣੀ, ਆ ਕੇ ਹੱਥ ਜੋੜੇ, ਗਲ ਵਿੱਚ ਪੱਲਾ ਪਾਇਆ। ਉਹ ਕਹਿਣ ਲੱਗੇ ਜੇ ਮਾਂ ਬਣਾਉਣਾ, ਜੇ ਮਾਂ ਨੂੰ ਛੱਡ ਕੇ ਜਾਣਾ ਸੀ ਤੇ ਮਾਂ ਬਣਾਉਣੀ ਕਾਹਨੂੰ ਸੀ? ਜੇ ਮਾਂ ਨੂੰ ਛੱਡ ਕੇ ਜਾਣਾ ਸੀ ਤੇ ਮਾਂ ਨੂੰ ਬਣਾਉਣਾ ਹੀ ਕਾਹਨੂੰ ਸੀ? ਮੈਨੂੰ ਮੈਨੂੰ ਮਾਂ ਆਖਿਆ ਹੀ ਕਿਉਂ ਸੀ? ਹੁਣ ਮੈਨੂੰ ਮੋਹ ਆਉਂਦਾ, ਪ੍ਰੇਮ ਆਉਂਦਾ, ਹੁਣ ਤੇ ਮੈਂ ਤੇਰੇ ਦਰਸ਼ਨਾਂ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਬਚ ਸਕਦੀ, ਤੂੰ ਸਦਾ ਵਾਸਤੇ ਛੱਡ ਕੇ ਚੱਲਿਆ ਮੈਨੂੰ। ਰਾਣੀ ਨੇ ਜਦੋਂ ਇੰਨੀ ਗੱਲ ਆਖੀ ਤੇ ਗੋਬਿੰਦ ਰਾਏ ਮਹਾਰਾਜ ਜੀ ਉਸ ਸਮੇਂ ਕਹਿਣ ਲੱਗੇ ਮਾਤਾ ਮੈਂ ਲੋਕਾਂ ਕੋਲੋਂ ਚੱਲਿਆ, ਮੈਂ ਤੇਰੇ ਕੋਲੋਂ ਨਹੀਂ ਜਾਵਾਂਗਾ। ਕਿਵੇਂ ਨਹੀਂ ਜਾਏਗਾ? ਚੱਲਿਆ ਤੇ ਹੈ, ਹੁਣ ਮੇਰੇ ਸਾਹਮਣੇ ਤੇ ਤੁਰ ਚੱਲਿਆ, ਜਾਏਗਾ ਕਿਵੇਂ ਨਹੀਂ? ਇਹ ਮਾਤਾ ਜੀ ਲੋਕਾਂ ਵਾਸਤੇ ਮੈਂ ਚੱਲਿਆ, ਤੁਸੀਂ ਬੱਕਲੀਆਂ ਤਿਆਰ ਕਰ ਲਿਆ ਕਰਿਓ, ਘੁੰਗਣੀਆਂ ਤਿਆਰ ਕਰਿਆ ਕਰਿਓ, ਉਹ ਘੁੰਗਣੀਆਂ ਤਿਆਰ ਕਰਕੇ ਮੈਨੂੰ ਯਾਦ ਕਰਿਆ ਕਰੀ ਮਾਤਾ, ਹੱਥ ਵਿੱਚ ਚਮਚਾ ਫੜ ਲਈ, ਮੈਂ ਛਕਣ ਵਾਸਤੇ ਆ ਜਾ ਕਰੀ। ਹੁਣ ਸਾਧ ਸੰਗਤ ਜੀ ਚੱਲੇ ਨੇ ਅੱਖਾਂ ਚੋਂ ਪਾਣੀ, ਇਹ ਅੱਖੀਆਂ ਅਜੇ ਨਹੀਂ ਰੱਖੀ।
Thank you.
ਕੀਤੀ ਮਹਾਰਾਜ ਸਾਨੂੰ ਕੱਲਿਆਂ ਨੂੰ ਛੱਡ ਕੇ ਨਾ ਜਾਓ। ਰਾਣੀ ਫਤਿਹ ਚੰਦ ਮੈਣੀ ਦੀਆਂ ਅੱਖਾਂ ਵਿੱਚੋਂ ਪਾਣੀ ਵਗਦਾ, ਮਹਾਰਾਜ ਜੀ ਛੱਡ ਕੇ ਨਾ ਜਾਓ, ਕਿੱਥੇ ਚੱਲੇ ਹੋ ਵਿਛੋੜਾ ਪਾ ਕੇ, ਤੁਹਾਡੇ ਬਿਨਾਂ ਬਚ ਨਹੀਂ ਸਕਦੇ, ਰਹਿ ਨਹੀਂ ਸਕਦੇ। ਤੇ ਗੋਬਿੰਦ ਰਾਏ ਜੀ ਕਹਿਣ ਲੱਗੇ, ਮਾਤਾ ਦੁਨੀਆ ਭਾਣੇ ਚੱਲਿਆ ਪਰ ਮੈਂ ਤੇਰੇ ਕੋਲੋਂ ਨਹੀਂ ਜਾਵਾਂਗਾ, ਜਦੋਂ ਯਾਦ ਕਰਿਆ ਕਰੇਂਗੀ ਨਾ ਮਾਤਾ ਮੈਂ ਤੇਰੇ ਸਾਹਮਣੇ ਆ ਕੇ ਬਹਿ ਜਾਇਆ ਕਰਾਂ। ਤੇ ਫਿਰ ਮਹਾਰਾਜ ਪਟਨਾ ਸਾਹਿਬ ਤੋਂ ਆਏ ਸੀ ਨਾ, ਤੇ ਜਿਹੜੇ ਬਚਨ ਕੀਤੇ ਸੀ ਮਾਤਾ ਗੁਜਰ ਕੌਰ ਜੀ ਦੇ ਨਾਲ, ਵੀ ਮਾਤਾ ਜੀ ਇੱਕ ਨਾ ਇੱਕ ਦਿਨ ਐਸਾ ਆਜੂ ਮੇਰੀਆਂ ਪ੍ਰਾਣ ਜਾਨਾਂ ਤੋਂ ਵੀ ਪਿਆਰੇ ਸਿੰਘ ਇਹਨਾਂ ਪਾਣੀਆਂ ਦੇ ਵਿੱਚ ਵਹਿ ਜਾਣਗੇ, ਇਹਨਾਂ ਦਰਿਆਵਾਂ ਦੇ ਵਿੱਚ ਵਹਿ ਜਾਣਗੇ, ਉਹ ਜਿਹੜਾ ਸਤਿਗੁਰਾਂ ਨੇ ਬਚਨ ਕੀਤਾ ਸੀ ਉਹ ਬਚਨ ਪੂਰਾ ਵੀ ਕਰਕੇ ਵਿਖਾਇਆ।